सिद्धू मूसेवाला कतल मामले दे विच काफ़ी कुछ चल रहा है। गैंगस्टर्स तो लै के कतल मामले लै के सिलसिलेवार तरीके दे नाल सियासत के खुलासे भी होंदे हुए नज़र आ रहे हैं। पर ब्रीफली तो हम दसांगे, बिल्कुल निचोड़ करके तो हम दसांगे कि हुण तक की कुछ होया इस पूरे मामले दे विच, कतल तो लैके हुण तक सिलसिलेवार तरीके दे नाल चीज़ां तुहानूं दसांगे। तो फिलहाल तुहानूं ये भी दसांगे कि इंसाफ मिलण दे विच देरी क्यों हो रही है। वेखो साडी खास रिपोर्ट। वड्डा सवाल यही है कि सिद्धू मूसेवाला नूं इंसाफ कदों मिलेगा। हुण तक सिद्धू मूसेवाला दे कतल तो लैके की कुछ होया विस्तार दे नाल सिलसिलेवार तरीके दे नाल तुहानूं दसांगे। पोस्टमार्टम करवाउण दे लई परिवार की सहमति तो बाद सिद्धू दे पोस्टमार्टम लई पंज मैंबरी डॉक्टरां दा बोर्ड गठित किया गया सी अते पोस्टमार्टम होया। डीजीपी वीके ਭਵਰਾ ਦੇ ਵੱਲੋਂ ਸਿੱਧੂ ਨੂੰ ਗੈਂਗਸਟਰਸ ਨਾਲ ਜੋੜਨ ਦੇ ਇਲਜ਼ਾਮਾਂ ਉੱਤੇ ਦਿੱਤੇ ਸਪਸ਼ਟੀਕਰਨ ਤੋਂ ਬਾਅਦ ਪਰਿਵਾਰ ਨੇ ਪੋਸਟਮਾਰਟਮ ਲਈ ਸਹਿਮਤੀ ਦਿੱਤੀ ਸੀ। ਪੰਜਾਬ ਸਰਕਾਰ ਨੇ ਹਾਈਕੋਰਟ ਦੇ ਸਿਟਿੰਗ ਜੱਜ ਦੀ ਅਗਵਾਈ ਹੇਠ ਜਾਂਚ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਫਿਰ ਕਿਹਾ ਦੋਸ਼ੀ ਜਲਦ ਹੀ ਜੇਲ੍ਹਾਂ ਵਿੱਚ ਹੋਣਗੇ। ਪੁਲਿਸ ਨੂੰ ਫਿਰ ਉਸ ਤੋਂ ਬਾਅਦ ਅਹਿਮ ਸਬੂਤ ਵੀ ਮਿਲੇ। ਸੀਸੀਟੀਵੀ ਕੈਮਰੇ ਦੇ ਵਿੱਚ 7 ਦੋਸ਼ੀ ਵੀ ਮਨਸੁਖ ਢਾਬੇ ਦੇ ਨੇੜੇ ਤੇੜੇ ਨਜ਼ਰ ਆਏ। ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਅਤੇ ਉੱਤਰਾਖੰਡ ਦੀ ਸਪੈਸ਼ਲ ਟਾਸਕ ਫੋਰਸ ਦੇ ਸਾਂਝੇ ਆਪਰੇਸ਼ਨ ਦੌਰਾਨ 6 ਸ਼ੱਕੀ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ। 29 ਸਾਲਾ ਗੈਂਗਸਟਰ ਲਾਰੈਂਸ ਰਿਸ਼ਰੋਈ ਨੇ ਦਿੱਲੀ ਦੀ ਪਟਿਆਲਾ ਕੋਰਟ ਦੇ ਵਿੱਚ ਫਿਰ ਪਟੀਸ਼ਨ ਦਾਖਲ ਕਰਕੇ ਪੰਜਾਬ ਪੁਲਿਸ ਦੇ ਵੱਲੋਂ ਉਸਦਾ ਝੂਠਾ ਮੁਕਾਬਲਾ ਬਣਾਉਣ ਦਾ ਖਦਸ਼ਾ ਪ੍ਰਗਟਾਇਆ। ਤਿਹਾੜ ਜੇਲ੍ਹ ਦੇ ਵਿੱਚ ਬੰਦ ਲਾਰੈਂਸ ਉੱਤੇ ਮਕੋਕਾ ਦੀ ਧਾਰਾ 3 ਅਤੇ 4 ਦੇ ਤਹਿਤ ਕਈ ਮਾਮਲੇ ਚੱਲਦੇ ਹੋਏ ਨਜ਼ਰ ਆ ਰਹੇ ਨੇ। ਪੁਲਿਸ ਡੀਜੀਪੀ ਵੀਕੇ ਭਵਰਾ ਦੇ ਮੁਤਾਬਕ ਇਸ ਕੇਸ ਦੇ ਵਿੱਚ ਲਾਰੈਂਸ ਵਿਸ਼ਨੋਈ ਗੈਂਗ ਦਾ ਹੱਥ ਹੈ ਜਿਸ ਦੀ ਲੱਕੀ ਨੇ ਜ਼ਿੰਮੇਵਾਰੀ ਲਈ ਹੈ। ਸੋਸ਼ਲ ਮੀਡੀਆ ਉੱਤੇ ਵਿਸ਼ਨੋਈ ਗਰੁੱਪ ਦੇ ਵੱਲੋਂ ਜ਼ਿੰਮੇਵਾਰੀ ਲੈਣ ਦੀ ਪੋਸਟ ਵੀ ਪਾਈ ਗਈ ਜਿਸ ਤੋਂ ਬਾਅਦ ਵਿਸ਼ਨੋਈ ਰਿਮਾਂਡ ਦੇ ਦੌਰਾਨ ਕਹਿ ਰਿਹਾ ਹੈ ਕਿ ਸਾਡਾ ਇਹ ਕੰਮ ਨਹੀਂ ਹੈ। SSP ਨੇ ਫਿਰ ਦਾਅਵਾ ਕੀਤਾ ਹੈ ਗੈਂਗਸਟਰਸ ਦੀ ਆਪਸੀ ਲੜਾਈ ਦਾ ਨਤੀਜਾ ਹੋ ਸਕਦਾ ਹੈ ਕਿਉਂਕਿ ਮੂਸੇਵਾਲਾ ਦਾ ਮੈਨੇਜਰ ਮਿੱਡੂ ਖੇੜਾ ਮਾਮਲੇ ਦੇ ਵਿੱਚ ਗਵਾਹ ਸੀ। ਮੈਨੇਜਰ ਸ਼ਗਨਪ੍ਰੀਤ ਦਾ ਨਾਂ ਮਿੱਡੂ ਖੇੜਾ ਕਤਲ ਕੇਸ ਦੇ ਵਿੱਚ ਆਇਆ ਸੀ। ਉਹ ਇਸ ਸਮੇਂ ਦੇਸ਼ ਤੋਂ ਬਾਹਰ ਚੱਲ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਜੀ ਬਲਕੌਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਸੀ ਕਿ ਉਹਨਾਂ ਦੇ ਬੇਟੇ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਗੈਂਗ ਵਾਰ ਨਾਲ ਜੋੜ ਕੇ ਪੇਸ਼ ਕੀਤਾ ਗਿਆ ਜਿਸ ਤੇ ਉਹਨਾਂ ਨੂੰ ਇਤਰਾਜ਼ ਸੀ। DGP ਭਾਵਰਾ ਨੇ ਆਪਣੀ ਪ੍ਰੈਸ ਕਾਨਫਰੰਸ ਬਾਰੇ ਸਪਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਉਹਨਾਂ ਨੇ ਕਦੇ ਵੀ ਮੂਸੇਵਾਲਾ ਨੂੰ ਗੈਂਗਸਟਰ ਨਹੀਂ ਕਿਹਾ ਅਤੇ ਉਹਨਾਂ ਦਾ ਸੰਬੰਧ ਗੈਂਗਸਟਰਸ ਨਾਲ ਨਹੀਂ ਜੋੜਿਆ। ਉਹਨਾਂ ਦੇ ਮੁਤਾਬਕ ਉਹਨਾਂ ਦੇ ਬਿਆਨ ਦਾ ਗਲਤ ਮਤਲਬ ਕੱਟਿਆ ਗਿਆ। ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਹੁਣ ਫਿਲਹਾਲ ਨਵੀਂ SIT ਦੇ ਹਵਾਲੇ ਹੈ। DGP ਨੇ IG ਜਸਕਰਨ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਤਿਹਾੜ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲਾਰੈਂਸ ਰਿਸ਼ਨੋਈ ਕਾਲਾ ਜਥੇਦਾਰੀ ਅਤੇ ਕਾਲਾ ਰਾਣਾ ਤੋਂ ਫਿਲਹਾਲ ਪੁੱਛਗਿੱਛ ਜਾਰੀ ਹੈ। ਸਪੈਸ਼ਲ ਡੈਕਸ ਰਿਪੋਰਟ, ਫੈਕਟ ਨਿਊਜ਼। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਚੈਨਲ ਫੈਕਟ ਨਿਊਜ਼।